ਕਨਈਆ ਮਿੱਤਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਤਾਂ ਇਹ ਲੋਕ ਭਜਨ ਗਾਇਕ ਕਨਈਆ ਮਿੱਤਲ ਨੂੰ ਦੋ ਮੂਹਾ ਸੱਪ ਕਹਿ ਰਹੇ ਨੇ। ਇਸ ਦੀ ਵਜ੍ਹਾ ਬਸ ਇੰਨੀ ਹੈ ਕਿ ਕਨਈਆ ਮਿੱਤਲ ਨੇ ਇੱਕ ਇੰਟਰਵਿਊ ਦੇ ਵਿੱਚ ਕੁਲਵਿੰਦਰ ਕੌਰ ਦੇ ਹੱਕ ਦੀ ਗੱਲ ਕਰਦੀ ਸੀ। ਜੀ ਹਾਂ, ਉਹੀ ਕੁਲਵਿੰਦਰ ਕੌਰ ਜਿਸ ਨੇ ਕੰਗਨਾ ਰਣੌਤ ਦੇ ਥੱਪੜ ਜੜਿਆ ਸੀ ਤੇ ਭਜਨ ਗਾਇਕ ਕਨਈਆ ਮਿੱਤਲ ਦੇ ਵੱਲੋਂ ਉਹਨਾਂ ਦੇ ਹੱਕ ਦੀ ਗੱਲ ਕੀਤੀ ਗਈ ਤਾਂ ਇਹ ਸ਼ਿਵ ਸੈਨਾ ਵਾਲੇ ਭੜਕ ਗਏ ਤੇ ਆਪਣੇ ਹੀ ਇਸ ਗਾਇਕ ਦਾ ਵਿਰੋਧ ਕਰਨ ਲੱਗੇ ਜਿਸ ਦੇ ਭਜਨਾਂ ਤੇ ਕੱਲ੍ਹ ਤੱਕ ਨੱਚ ਰਹੇ ਸੀ, ਅੱਜ ਉਹਨਾਂ ਦਾ ਵਿਰੋਧ ਕਰ ਰਹੇ ਨੇ। ਤਾਂ ਜਲੰਧਰ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਸ਼ਿਵ ਸੈਨਾ ਆਗੂਆਂ ਦੇ ਵੱਲੋਂ ਕਨਈਆ ਮਿੱਤਲ ਦਾ ਵਿਰੋਧ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਮੰਡੀ ਲੋਕ ਸਭਾ ਸੀਟ ਦੀ MP ਕੰਗਨਾ ਰਣੌਤ ਜਦ ਚੰਡੀਗੜ੍ਹ ਆਈ ਸੀ ਤਾਂ ਏਅਰਪੋਰਟ 'ਤੇ CISF ਦੀ ਮਹਿਲਾ ਦੇ ਵੱਲੋਂ ਉਸਦੇ ਥੱਪੜ ਜੜਿਆ ਗਿਆ, ਜਿਸ ਤੋਂ ਬਾਅਦ ਪੂਰੇ ਦੇਸ਼ ਭਰ ਦੇ ਵਿੱਚ ਇਸ ਦੀ ਚਰਚਾ ਹੋਈ। ਤਾਂ ਇਸੇ ਦੇ ਨਾਲ ਭਜਨ ਗਾਇਕ ਕਨਈਆ ਮਿੱਤਲ ਦੇ ਵੱਲੋਂ ਵੀ ਕੁਲਵਿੰਦਰ ਕੌਰ ਦੇ ਹੱਕ ਦੀ ਗੱਲ ਕੀਤੀ ਗਈ ਤਾਂ ਸ਼ਿਵ ਸੈਨਾ ਵਾਲੇ ਭੜਕ ਗਏ ਅਤੇ ਕਨਈਆ ਮਿੱਤਲ ਨੂੰ ਦੋ ਮੂੰਹਾਂ ਸੱਪ ਕਹਿਣ ਲੱਗੇ। ਤੁਹਾਨੂੰ ਦੱਸ ਦਈਏ ਕਿ ਕਨਈਆ ਮਿੱਤਲ ਹਿੰਦੂਆਂ ਦੇ ਲਈ ਕਾਫੀ ਚੰਗੇ ਹੁਣ ਤੱਕ ਭਜਨ ਗਾ ਚੁੱਕੇ ਨੇ। BJP ਦੇ ਹਰੇਕ ਰੈਲੀ ਦੇ ਵਿੱਚ ਇਹਨਾਂ ਦੇ ਗਾਣੇ ਚੱਲਦੇ ਨੇ, ਸ਼ਿਵ ਸੈਨਾ ਦੇ ਪ੍ਰੋਗਰਾਮਾਂ ਦੇ ਵਿੱਚ ਇਹਨਾਂ ਦੇ ਭਜਨ ਚੱਲਦੇ ਨੇ। ਤਾਂ ਹੁਣ ਇਹਨਾਂ ਨੂੰ ਆਪਣੇ ਹੀ ਜਿਹੜੇ ਲੋਕ ਸਨ, ਸਪੋਰਟਰ ਸਨ, ਕੱਲ੍ਹ ਤੱਕ ਉਹਨਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਓ ਕੀ ਕਹਿ ਰਹੇ ਨੇ ਸ਼ਿਵ ਸੈਨਾ ਵਾਲੇ, ਸੁਣਦੇ। ਮੈਂ ਸੁਨੀਲ ਕੁਮਾਰ ਬੰਟੀ, ਯੁਵਾ ਕੌਮੀ ਪ੍ਰਧਾਨ, ਸ਼ਿਵ ਸੈਨਾ ਹਿੰਦੂ ਟਕਸਾਲੀ ਤੋਂ। ਅੱਜ ਜਿਹੜਾ ਮੁੱਦਾ ਸੀ, ਜਿਹੜਾ ਅੱਜ ਕਨਈਆ ਮਿੱਤਲ ਦਾ ਸੀ, ਪੋਸਟਰ ਫੋਕ ਕੇ ਫੁੱਟਬਾਲ ਚੌਕ ਜਲੰਧਰ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਵਾ, ਉਹਦਾ ਮਕਸਦ ਇਹ ਸੀ ਕਿ ਕਨਈਆ ਮਿੱਤਲ ਜੋ ਕਿ CISF ਦੀ ਮੁਲਾਜ਼ਮ, ਜੋ ਚੰਡੀਗੜ੍ਹ ਦੇ ਵਿੱਚ ਕੰਗਨਾ ਰਣੌਤ ਨੂੰ ਜਿਹਨੇ ਚਪੇੜ ਮਾਰੀ ਸੀ, ਕਨਈਆ ਮਿੱਤਲ ਵੱਲੋਂ ਉਹਦਾ ਸਮਰਥਨ ਕੀਤਾ ਗਿਆ ਔਰ ਇੱਕ ਮੀਡੀਆ ਦੇ ਚੈਨਲ ਵਿੱਚ ਬਹੁਤ ਹੀ ਹਸਮੁੱਖ ਸਟਾਈਲ ਦੇ ਨਾਲ ਬਹੁਤ ਹੱਸਦੇ ਹੋਏ ਸਾਡੀ ਜਿਹੜੀ ਆ ਮੰਡੀ ਦੀ ਬੇਟੀ, ਹਿੰਦੂ ਬੇਟੀ ਕੰਗਨਾ ਰਣੌਤ ਨੂੰ ਜਿਹੜਾ ਬੜਾ ਮੁਸਕੁਰਾ ਕੇ ਜਿਹੜਾ ਕਿਹਾ ਕਿ ਸ਼ੇਰਨੀ ਨੇ ਥੱਪੜ ਮਾਰਿਆ, ਬੜੀ ਸ਼ਰਮ ਦੀ ਗੱਲ ਹੈ ਕਨਈਆ ਮਿੱਤਲ ਤੇਰੇ ਵਾਸਤੇ, ਤੂੰ ਤੇ ਉਹ ਸੱਪ ਹੈ ਜਿਹੜਾ ਦੇਖਣ ਨੂੰ ਕੁਛ ਔਰ ਦਿਖਾਉਣ ਨੂੰ ਕੁਛ ਹੋਰ ਹੈ, ਸਟੇਜਾਂ ਤੇ ਤੇਰੀ ਜਿਹੜੀ ਸੋਚ ਹੈ ਉਹ ਵੱਖਰੀ ਹੁੰਦੀ ਹੈ ਔਰ ਜਦੋਂ ਸਟੇਜਾਂ ਤੋਂ ਬਾਹਰ ਆਉਂਦਾ, ਜਦੋਂ ਮੀਡੀਆ ਵਿੱਚ ਆਉਂਦਾ, ਉਦੋਂ ਤੇਰੀ ਕੋਈ ਸੋਚ ਹੋਰ ਹੋ ਜਾਂਦੀ ਹੈ। ਅੱਜ ਉਸ ਉਪਰੰਤ ਜਿਹੜਾ ਇਹਦਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਵਾ, ਕਿਉਂਕਿ ਦੇਖੋ ਕਨਈਆ ਮਿੱਤਲ ਉਹ ਵਿਅਕਤੀ ਹੈ, ਅੱਜ ਤਾਂ ਇਹਨੇ ਆਪਣੇ ਨੂੰ ਫੇਮ ਲੈਣ ਲਈ ਇਹ ਚੀਜ਼ਾਂ ਕੀਤੀਆਂ ਆ ਔਰ ਇਹ ਉਦੋਂ ਕਦੀ ਨਹੀਂ ਬੋਲਿਆ ਜਦੋਂ ਪੰਜਾਬ ਦੇ ਵਿੱਚ ਜਾਂ ਅਦਰ ਪ੍ਰਦੇਸ਼ਾਂ ਦੇ ਵਿੱਚ ਹਿੰਦੂ ਮੰਦਰਾਂ ਦੀ ਬੇਅਦਬੀ ਹੁੰਦੀ, ਦੇਵੀ ਦੇਵਤਾਵਾਂ ਦੀ ਬੇਅਦਬੀ ਹੁੰਦੀ ਹੈ, ਪੰਜਾਬ ਦੇ ਵਿੱਚ ਇੰਨੇ ਹਿੰਦੂ ਲੀਡਰ ਮਾਰ ਦਿੱਤੇ ਗਏ, ਗੋਲੀਆਂ ਮਾਰ ਕੇ ਸ਼ਰਿਆਂ ਮਾਰ ਦਿੱਤਾ ਗਿਆ ਹਿੰਦੂ ਲੀਡਰ ਨੂੰ, ਉਦੋਂ ਤੇ ਇਹ ਬੋਲਦਾ ਨਹੀਂ, ਹੁਣ ਸਿਰਫ ਇਹਨੇ ਫੇਮ ਲੈਣ ਨੂੰ ਜਿਹੜੀ ਆ ਕਰਤੂਤ ਕੀਤੀ ਹੈ, ਇਹਦਾ ਮੂੰਹ ਤੋੜ ਜਵਾਬ ਇਹਦੇ ਪੋਸਟਰ ਫੂਕ ਕੇ ਦਿੱਤੇ ਆ ਔਰ ਲੋੜ ਪਈ ਤੇ ਇਹਦਾ ਜਲੂਸ ਵੀ ਕੱਢਾਂਗੇ, ਇਹਦੇ ਪ੍ਰੋਗਰਾਮ ਵੀ ਬੰਦ ਕਰਵਾਵਾਂਗੇ ਜਿੱਥੇ ਵੀ ਇਹ ਕਰੂਗਾ ਔਰ ਸਾਨੂੰ ਸਾਫ਼ ਸਾਫ਼ ਲਫ਼ਜ਼ਾਂ 'ਚ ਕਨਈਆ ਮਿੱਤਲ ਨੂੰ ਸਾਡੀ ਚੇਤਾਵਨੀ ਵੀ ਹੈ, ਜਿੰਨਾ 'ਚ ਕਿ ਮਾਫ਼ੀ ਨਹੀਂ ਮੰਗਦਾ ਉਨ੍ਹਾਂ 'ਚ ਕਨਈਆ ਮਿੱਤਲ ਦਾ ਇੱਦਾਂ ਹੀ ਜਲੂਸ ਕੱਢਿਆ ਜਾਊਗਾ ਔਰ ਇੱਦਾਂ ਹੀ ਰਹੂਗਾ। ਅੱਜ ਦਾ ਜਿਹੜਾ ਕਨਈਆ ਮਿੱਤਲ ਦਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਫੁੱਟਬਾਲ ਚੌਂਕ ਦੇ ਵਿੱਚ, ਉਹਨਾਂ ਦੇ ਪੋਸਟਰ ਜਲਾ ਕੇ ਜਿਹੜਾ ਵਿਰੋਧ ਪ੍ਰਦਰਸ਼ਨ ਸਾਰੀ ਜਲੰਧਰ ਦੀ ਟੀਮ ਔਰ ਹਿੰਦੂ ਟਕਸਾਲੀ ਟੀਮ ਨੇ ਕੀਤਾ ਗਾ, ਇਹ ਇਸ ਕਾਰਨ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਕਿ ਉਹ ਇੱਕ ਹਿੰਦੂ ਧਰਮ ਦਾ ਨੁਮਾਇੰਦਗੀ ਕਰਨ ਵਾਲਾ ਬੰਦਾ, ਇੱਕ ਆਪਣੇ ਜਾਗਰਣ ਦੇ ਵਿੱਚ ਘੱਟ ਤੋਂ ਘੱਟ 20-30 ਹਜ਼ਾਰ ਬੰਦੇ ਨੂੰ ਇੱਕ ਗੱਲਾਂ ਬੋਲਣ ਵਾਲਾ, ਹਿੰਦੂਤਵ ਦੀ ਗੱਲ ਕਰਨ ਵਾਲਾ ਬੰਦਾ ਅੱਜ ਇੱਕ ਨਿੱਜੀ ਚੈਨਲ ਦੇ ਵਿੱਚ ਜਿਹੜੀ ਇਹਨਾਂ ਨੇ ਮੰਦਭਾਗੀ ਗੱਲਾਂ ਕਹੀਆਂ ਵਾ, ਇਹਦੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤਾਂ ਕਿ ਹਿੰਦੂਤਵ ਦਾ ਜਿਹੜਾ ਹੈਗਾ ਵਾ ਝੰਡਾ ਜਿਹੜਾ ਚੱਕਿਆ ਹੋਇਆ, ਜਿਹੜੇ ਬੰਦੇ ਨੇ ਉਹ ਇੱਦਾਂ ਦਾ ਆਪਣੇ ਧਰਮ ਤੋਂ ਭਟਕੇ ਨਾ, ਕਿਉਂਕਿ ਕੰਗਨਾ ਰਣਾਵਤ ਸਾਡੀ ਹਿੰਦੂ ਬੇਟੀ, ਉਹਦੇ ਨਾਲ ਔਰ ਇਹਦੇ ਨਾਲ ਆਪਣਾ MP ਵੀ ਹੈ, MP ਦੇ ਕਾਰਨ ਇਹਨਾਂ ਦੀ ਹਿਮਾਇਤ ਕਰਨ ਦੀ ਬਜਾਏ ਜਿਹੜੀ ਹੈਗੀ ਹੈ, ਬਿਨਾਂ ਕੋਈ ਸੋਚੇ ਸਮਝੇ ਇਹਨਾਂ ਨੇ ਕੁਲਵਿੰਦਰ ਕੌਰ ਨੂੰ ਸ਼ੇਰਨੀ ਕਿਹਾ ਵਾ,
ਓਸ਼ੇਰਨੀ ਕਹਿਣ ਦਾ ਮਤਲਬ ਹੈ ਕਿ ਇੱਥੇ ਐਮ ਪੀ ਨਹੀਂ ਸਾਡਾ ਸੇਫ ਹੈਗਾ, ਠੀਕ ਹੈ ਜੀ, ਤਾਂ ਹੋਰ ਬੰਦਾ ਕੌਣ ਸੇਫ ਹੋਏਗਾ? ਇਸ ਕਾਰਨ ਇਹ ਕਨਈਆ ਮਿੱਤਲ ਨੂੰ ਸੋਚ ਲੈਣਾ ਚਾਹੀਦਾ ਵਾ ਕਿ ਇੱਦਾਂ ਦੇ ਜਿਹੜੇ ਇੰਟਰਵਿਊ ਆ ਔਰ ਇੱਦਾਂ ਦੀ ਚੀਜ਼ਾਂ ਵਾ ਨਹੀਂ ਬੋਲਣੀਆਂ ਚਾਹੀਦੀਆਂ, ਔਰ ਜਿੰਨੀ ਦੇਰ ਤੱਕ ਇਹ ਆਪਣੇ ਵਰਡ ਵਾਪਸ ਨਹੀਂ ਲੈਂਦਾ ਉਨੀ ਦੇਰ ਤੱਕ ਇਹਦਾ ਵਿਰੋਧ ਪ੍ਰਦਰਸ਼ਨ ਵੀ ਕੀਤਾ ਜਾਏਗਾ ਔਰ ਜਲੰਧਰ ਦੇ ਵਿੱਚ ਕੋਈ ਵੀ ਇਹਦਾ ਪ੍ਰੋਗਰਾਮ ਨਹੀਂ ਕਰਨ ਦਿੱਤਾ ਜਾਏਗਾ। ਔਰ ਨਾਲ ਦੀ ਨਾਲ ਅੰਮ੍ਰਿਤਪਾਲ ਸਿੰਘ ਜਿਹੜਾ ਹੈਗਾ ਵਾ ਉਹਦੀ ਵੀ ਦੇਖੋ ਇਹਨਾਂ ਨੇ ਹਿਮਾਇਤ ਕੀਤੀ ਹੈ। ਇੱਕ ਅੰਮ੍ਰਿਤਪਾਲ ਦੇ ਉੱਪਰ ਐਨ ਐਸ ਏ ਲੱਗਾ ਵਾ ਜਿਹੜਾ ਕਿ ਰਾਜ ਸਰਕਾਰ ਔਰ ਸੈਂਟਰ ਸਰਕਾਰ ਦੇ ਵਿੱਚ ਅਧੀਨ ਇਹਨਾਂ ਨੇ ਜਿਹੜਾ ਵੀ ਇਲੀਗਲੀ ਐਕਟੀਵਿਟੀ ਹੈ ਔਰ ਲਾਅ ਐਂਡ ਆਰਡਰ ਖਰਾਬ ਹੋਣ ਦੀ ਸਥਿਤੀ ਸੀ ਜਿਹਦੇ ਕਾਰਨ ਐਨ ਐਸ ਏ ਲਗਾ ਕੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ ਗਿਆ, ਡਿਟੇਨ ਕੀਤਾ ਗਿਆ ਵਾ, ਉਹਦੀ ਹਿਮਾਇਤਾ ਕਰਨ ਵਾਲਾ ਬੰਦਾ ਵੀ ਹਿੰਦੂ ਧਰਮ ਨੂੰ ਬਿਲਕੁਲ ਗੁਵਾਰਾ ਨਹੀਂ ਹੈਗਾ। ਇਸ ਕਰਕੇ ਕਨਈਆ ਮਿੱਤਲ ਆਪਣੇ ਵਰਡ ਵਾਪਸ ਲਵੇ ਔਰ ਮਾਫ਼ੀ ਮੰਗੇ ਔਰ ਦੁਬਾਰਾ ਇੱਦਾਂ ਦੀਆਂ ਗਲਤੀਆਂ ਨਾ ਕਰੇ, ਕਿਉਂਕਿ ਹਿੰਦੂ ਧਰਮ ਨੂੰ ਪ੍ਰਜੈਂਟ ਕਰਨਾ ਵਾ ਅਤੇ ਹਿੰਦੂ ਧਰਮ ਦੇ ਨਾਲ ਚੱਲਣਾ ਚਾਹੀਦਾ ਵਾ ਵਿਦਆਊਟ ਕੋਈ ਕੰਡੀਸ਼ਨ ਦੇ ਵਿੱਚ। ਧੰਨਵਾਦ ਜੀ, ਜੈ ਸ਼ੰਕਰ ਜੀ।